ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਬਠਿੰਡਾ ਦੇ ਪਿੰਡ ਮਲੂਕਾ ਵਿਖੇ ਸਿੱਖ ਸੰਗਤਾਂ ਵੱਲੋਂ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਸ ਨਗਰ ਕੀਰਤਨ ਦੇ ਲਈ ਵੱਖ ਵੱਖ ਥਾਵਾਂ 'ਤੇ ਸਿੱਖ ਸੰਗਤਾਂ ਵੱਲੋਂ ਫਲ ਫਰੂਟ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਕੋਟ ਸਮੀਰ ਨੇ ਕਿਹਾ ਕਿ ਅੰਤਰਰਾਸ਼ਟਰੀ ਨਗਰ ਕੀਰਤਨ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਪਹੁੰਚ ਰਹੇ ਹਨ। ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਮੈਂ ਇਸ ਸੁਹਾਗੇ ਸਮੇਂ 'ਤੇ ਸਾਰੀ ਸਤਿਕਾਰਯੋਗ ਸੰਗਤ ਨੂੰ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਖੁਸ਼ੀ ਦਾ ਮੌਕਾ ਹੈ ਜਦੋਂ ਪਾਵਨ ਸਥਾਨ ਨਨਕਾਣਾ ਸਾਹਿਬ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਚੱਲ ਕੇ ਪੰਜਾਬ ਦੇ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਦੀ ਹੁੰਦੇ ਹੋਏ ਤਖ਼ਤ ਦਮਦਮਾ ਸਾਹਿਬ ਵਿਖੇ ਪਹੁੰਚੇ ਔਰ ਉਸ ਤੋਂ ਬਾਅਦ ਮਾਨਸਾ, ਬਰਨਾਲਾ, ਮੋਗਾ ਜ਼ਿਲ੍ਹਾ ਦੇ ਵਿੱਚ ਦੀ ਹੋ ਕੇ ਅੱਜ ਸਾਡੇ ਹਲਕਾ ਰਾਮਪੁਰਾ ਫੂਲ ਦੇ ਵਿੱਚ ਆਏ ਨੇ, ਜਿੱਥੇ ਇਤਿਹਾਸਿਕ ਨਗਰ ਮਰਾਜ ਔਰ ਮਾੜੀ, ਕਲਿਆਣ, ਨਿਓਰ, ਹੁਣ ਮਲੂਕਾ ਪਹੁੰਚਣਾ ਹੈ। ਸੋ ਜਿੱਥੇ ਮੈਂ ਦੇਖਿਆ ਕਿ ਸੰਗਤ ਦਾ ਬਹੁਤ ਭਾਰੀ ਉਤਸ਼ਾਹ ਹੈ, ਬੜੇ ਜੋਸ਼ੋ ਖਰੋਸ਼ ਦੇ ਨਾਲ ਸੰਗਤ ਭਰਮਾ ਸਵਾਗਤ ਕਰ ਰਹੀ ਹੈ। ਉੱਥੇ ਇੱਕ ਬਹੁਤ ਵੱਡਾ ਸੰਦੇਸ਼ ਅੱਜ ਸੰਗਤ ਨੂੰ ਮਿਲ ਰਿਹਾ, ਜਿਵੇਂ ਸਾਡੇ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਉਪਦੇਸ਼ ਦਿੱਤਾ। ਸੋ ਅੱਜ ਸਾਨੂੰ ਉਹਨਾਂ ਗੱਲਾਂ 'ਤੇ ਪਹਿਰਾ ਦੇਣਾ ਚਾਹੀਦਾ ਔਰ ਪ੍ਰਣ ਕਰਨਾ ਚਾਹੀਦਾ ਕਿ ਸਾਰਾ ਉਹ ਚੀਜ਼ਾਂ ਆਪਾਂ ਖਤਮ ਕਰਦੇ ਹੋਏ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਜੋ ਉਸ ਸਮੇਂ ਅੰਧ ਵਿਸ਼ਵਾਸਾਂ ਦੇ ਵਿੱਚ ਲੋਕ ਸਨ, ਭਰਮਾਂ ਦੇ ਵਿੱਚ ਸਨ, ਵਹਿਮਾਂ ਦੇ ਵਿੱਚ ਸਨ, ਪਖੰਡਵਾਦ ਦੇ ਵਿੱਚ ਸਨ, ਉਹਨਾਂ ਤੋਂ ਸਭ ਤੋਂ ਦੂਰ ਕੀਤਾ, ਚਾਨਣ ਕੀਤਾ ਔਰ ਸਿੱਧੇ ਰਸਤੇ ਪਾਇਆ। ਔਰ ਇਸੇ ਤਰ੍ਹਾਂ ਹੀ ਸਾਨੂੰ ਅੱਜ ਇਸ ਯੁੱਗ ਦੇ ਵਿੱਚ ਉਹਨਾਂ ਸਾਰੀਆਂ ਗੱਲਾਂ ਤੋਂ ਦੂਰ ਰਹਿ ਕੇ ਇੱਕ ਸਾਫ਼ ਸੁਥਰਾ ਜੀਵਨ ਜਿਹੜਾ ਉਹ ਬਤੀਤ ਕਰਦੇ ਹੋਏ ਕਦਮ ਬਾਏ ਕਦਮ ਅੱਗੇ ਵੱਧਦੇ ਹੋਏ ਸਾਰੇ ਸਮਾਜ ਦੀ, ਦੇਸ਼ ਦੀ, ਕੌਮ ਦੀ ਸੇਵਾ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾਂ ਜੋ ਸਾਰੀ ਸੰਗਤ ਬੜੇ ਸ਼ਰਧਾ ਅਤੇ ਚਾਵਾਂ ਦੇ ਨਾਲ ਮਨਾ ਰਹੀ ਹੈ, ਉਹਦਾ ਨਗਰ ਕੀਰਤਨ ਨਨਕਾਣਾ ਸਾਹਿਬ ਜਨਮ ਸਥਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਅਵਤਾਰ ਧਾਰਿਆ ਸੀ ਜਿੱਥੇ ਉੱਥੋਂ ਚੱਲਿਆ ਸੀ, ਅਤੇ ਜਿਹੜਾ ਪੰਜਾਬ ਦੇ ਵਿੱਚੋਂ ਹੁੰਦਾ ਸਾਰੇ ਹਿੰਦੁਸਤਾਨ ਦੇ ਵਿੱਚ ਜਾ ਕੇ ਨਗਰ ਕੀਰਤਨ ਸੰਗਤਾਂ ਨੂੰ ਦਰਸ਼ਨ ਦੇ ਕੇ ਹੁਣ ਦੁਬਾਰਾ ਫਿਰ ਪੰਜਾਬ ਦੇ ਵਿੱਚ ਆਇਆ ਹੈ। ਸੋ ਬਹੁਤ ਚੀਜ਼ਾਂ ਜਿਹੜੇ ਬੰਦੇ ਕੋਈ ਜਾ ਨਹੀਂ ਸੀ ਸਕਦੇ, ਕਿਤੇ ਉੱਥੇ ਜਾ ਕੇ ਦੇਖ ਨਹੀਂ ਸੀ ਸਕਦੇ, ਉਹਨਾਂ ਨੂੰ ਆਪਦੇ ਕੋਲ ਘਰ ਦੇ ਵਿੱਚ ਵੇਖਣ ਦਾ ਮੌਕਾ ਮਿਲਿਆ। ਸੋ ਇਹ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ, ਸਾਰੀ ਸੰਗਤ ਨੂੰ ਹੁੰਮ ਹੁਮਾ ਕੇ ਦਰਸ਼ਨ ਵੀ ਕਰਨੇ ਚਾਹੀਦੇ ਨੇ ਅਤੇ ਅੱਗੇ 550 ਸਾਲਾਂ ਅਸੀਂ ਕਰਮਾਂ ਵਾਲਿਆਂ ਸਾਡੇ ਵੇਲੇ ਆਇਆ, ਸੁਲਤਾਨਪੁਰ ਲੋਧੀ ਜਿਹੜੇ ਵੱਡੇ ਸਮਾਗਮ ਦੋ ਹੋਣੇ ਨੇ 11 ਅਤੇ 12 ਤਰੀਕ ਨੂੰ, ਉਹਦੇ ਵੀ ਸਾਨੂੰ ਵੱਡੀ ਗਿਣਤੀ ਜਾ ਕੇ ਉੱਥੇ ਪਹੁੰਚਣਾ ਚਾਹੀਦਾ। ਸੋ ਇਹ ਮੈਂ ਸਮਝਦਾ ਕਿ ਸਾਡੇ ਕਰਮਾਂ ਵਾਲਿਆਂ ਅਸੀਂ ਖੁਸ਼ੀਆਂ ਦਾ ਮੌਕਾ, ਸਾਰਿਆਂ ਨੂੰ ਇਹ ਖੁਸ਼ੀਆਂ ਗੁਰੂਆਂ ਦੀਆਂ ਰਲ ਕੇ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਪਾਤਸ਼ਾਹ, ਪਹਿਲੇ ਪਾਤਸ਼ਾਹ ਦੇ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਚੱਲਿਆ ਸੀ, ਜੋ ਹਿੰਦੁਸਤਾਨ ਦੀਆਂ 15-16 ਸਟੇਟਾਂ ਵਿੱਚ ਦੀ ਹੁੰਦਾ ਹੋਇਆ ਰਾਤ ਮਰਾ ਰਾਮਪੁਰਾ ਸ਼ਹਿਰ ਦੇ ਵਿੱਚ ਠਹਿਰ ਸੀ, ਸ਼ੋਭਾ ਤੋਂ ਚੱਲਦਾ ਹੋਇਆ ਪਿੰਡਾਂ ਦੇ ਵਿੱਚ ਦੀ ਹੁੰਦਾ ਹੋਇਆ, ਬਹੁਤ ਭਾਰੀ ਸ਼ਾਹ ਸੰਗਤਾਂ ਦੇ ਵਿੱਚ, ਜਿਵੇਂ ਜਿਵੇਂ ਸੁਲਤਾਨਪੁਰ ਲੋਧੀ ਨੂੰ ਜਾ ਰਿਹਾ ਇਵੇਂ ਇਵੇਂ ਜੇਕਰ ਸੰਗਤਾਂ ਦੇ ਵਿੱਚ ਬਹੁਤ ਭਾਰੀ ਵੱਡੀ ਗਿਣਤੀ ਦੇ ਵਿੱਚ ਸ਼ਾਹ ਹੈ। ਮੈਨੂੰ ਨਹੀਂ ਲੱਗਦਾ ਵੀ ਕੋਈ ਘਰਾਂ ਦੇ ਵਿੱਚ ਸੰਗਤ ਘਰੇ ਰਹੀ ਹੋਊਗੀ, ਸਾਰੀ ਸੜਕਾਂ 'ਤੇ ਸੰਗਤ ਆ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਰਹੀ ਹੈ। ਜੇ ਉਹ ਨਗਰ ਕੀਰਤਨ 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਾਏ ਹੋਏ ਪੂਰਨਾ 'ਤੇ ਚੱਲਣ ਦੀ ਗੁਰੂ ਸਾਹਿਬ ਸਮੱਥਾ ਬਖਸ਼ਣ। ਇੰਦਰਜੀਤ ਸਿੰਘ ਦੀ ਰਿਪੋਰਟ ਦਾ TV NRI।